ਭੂਮੀ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਹਵਾਈ ਅੱਡੇ ਤੇ ਮੰਗਲਵਾਰ ਨੂੰ ਬੰਗਲਾਦੇਸ਼ ਦੀ ਟੀਮ ਪਹੁੰਚੀ ਹੈ। ਤਸਵੀਰਾਂ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਵੱਲੋਂ ਬੰਗਲਾਦੇਸ਼ ਦੇ ਖਿਡਾਰੀਆਂ ਦੇ ਰਵਾਇਤੀ ਤਰੀਕੇ ਨਾਲ ਕੀਤੇ ਸਵਾਗਤੀਆਂ ਨੇ। ਸਖਤ ਸੁਰੱਖਿਆ ਦਾ ਵੀ ਘੇਰਾ ਸੀ। ਟੀਮ ਦੇ ਸਾਰੇ ਖਿਡਾਰੀਆਂ ਨੂੰ ਲਗਜ਼ਰੀ ਕਾਰਾਂ ਦੇ ਵਿੱਚ ਧਰਮਸ਼ਾਲਾ ਦੇ ਹੋਟਲ ਰੈਡੀਸਨ ਬਲੂ 'ਚ ਲਿਜਾਇਆ ਗਿਆ। ਇਸ ਮੌਕੇ HPCA ਦੇ ਡਾਇਰੈਕਟਰ ਸੰਜੇ ਸਿੰਘ, ਸਕੱਤਰ ਅਵਨੀਸ਼ ਪਰਮਾਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇੱਕ ਦਿਨਾਂ ਵਿਸ਼ਵ ਕੱਪ ਕ੍ਰਿਕਟ ਦੇ ਸੰਬੰਧ 'ਚ ਮੰਗਲਵਾਰ ਨੂੰ ਬੰਗਲਾਦੇਸ਼ ਧਰਮਸ਼ਾਲਾ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ 7 ਅਕਤੂਬਰ ਤੋਂ ਮੈਚ ਸ਼ੁਰੂ ਹੋਣੇ ਨੇ। ਬੰਗਲਾਦੇਸ਼ ਟੀਮ ਦੇ ਖਿਡਾਰੀ 4 ਅਕਤੂਬਰ ਨੂੰ ਧਰਮਸ਼ਾਲਾ ਕ੍ਰਿਕਟ ਗਰਾਊਂਡ 'ਚ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰੈਕਟਿਸ ਕਰਨਗੇ। ਇਸ ਦੇ ਨਾਲ ਹੀ ਅਫਗਾਨਿਸਤਾਨ ਅਤੇ ਇੰਗਲੈਂਡ ਦੀਆਂ ਟੀਮਾਂ ਦੇ ਖਿਡਾਰੀ 5 ਅਕਤੂਬਰ ਨੂੰ ਸ਼ਾਮ 6 ਵਜੇ ਤੋਂ 9 ਵਜੇ ਤੱਕ ਆਪਣੇ ਪ੍ਰੈਕਟਿਸ ਮੈਚ ਖੇਡਣਗੀਆਂ। ਅਫਗਾਨਿਸਤਾਨ ਦੇ ਖਿਡਾਰੀ ਟੀਮ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਦੇ ਵਿੱਚ ਅਭਿਆਸ ਕਰਨਗੇ। ਬੰਗਲਾਦੇਸ਼ ਅਤੇ ਅਫਗਾਨਿਸਤਾਨ ਉਹ ਕ੍ਰਿਕਟ ਟੀਮਾਂ ਨੇ ਜੋ ਪਹਿਲੀ ਵਾਰ ਇੱਥੇ ਵਨਡੇ ਇੰਟਰਨੈਸ਼ਨਲ ਮੈਚ ਖੇਡਣ ਦੇ ਲਈ ਮੈਦਾਨ 'ਚ ਨਿਤਰਨਗੀਆਂ। ਅਫਗਾਨਿਸਤਾਨ ਦੀ ਟੀਮ ਭਲਕੇ ਧਰਮਸ਼ਾਲਾ ਪਹੁੰਚੇਗੀ, ਜਿਨ੍ਹਾਂ ਦਾ ਜ਼ਾਹਿਰ ਤੌਰ 'ਤੇ ਨਿੱਘਾ ਸਵਾਗਤ ਹੋਵੇਗਾ।